खर्चा नहीं होंदा ज्यादा जे बंदे चंगे लब्भना ठीक है फिर ठीक है जे बंदे नहीं लब्भने फिर ठीक है ओवरऑल है काम मुनाफा बख्शे हां मुनाफा बख्शे बिस्मिल्लाहिर्रहमानिर्रहीम अस्सलामुअलैकुम नाज़रीन मेरा नाम है राय उमर और आप देख रहे हैं उमर फार्मिंग आइडियाज़। नाज़रीन आज हम आपको बहुत ही ज़बरदस्त डेयरी फार्म पे लेके आए हैं। माशाल्लाह काफ़ी तजर्बा रखने वाले भाई हैं, इनका हम इंटरव्यू करते हैं। उम्मीद है कि काफ़ी अच्छी मालूमात आपको इनसे फराहम होगी, तो चलिए इनका इंटरव्यू करते हैं। वीडियो को पूरा देखिएगा ताकि आपको भी फ़ायदा हो सके। तो चलिए वीडियो को शुरू करते हैं। वीडियो शुरू करने से पहले आपसे गुजारिश है, वीडियो को लाइक करें, दोस्तों के साथ शेयर करें और कमेंट सेक्शन में अपनी राय का इजहार भी ज़रूर कीजिएगा। सब्सक्राइब करें उमर फार्मिंग आइडियाज़ को और बेल आइकन को दबा दें लेटेस्ट फार्मिंग आइडियाज़ सबसे पहले हासिल करने के लिए। तो चलिए वीडियो शुरू करते हैं। अस्सलाम वालेकुम। वालेकुम अस्सलाम। क्या हाल चाल है जनाब? ठीक ठाक। अच्छा ये क्या नाम है आपका? राशिद हुसैन। राशिद हुसैन साहब ये कौन सा इलाका है? चक्खोखर। चक्खोखर, अच्छा जी चक्खोखर। माशाल्लाह कितने जानवर रखे जे? पंजी जानवर रखे ने। अच्छा जानवरों का काम कितने अरसे तू कर रहे हो? 12-13 साल तो। अच्छा माशाल्लाह 12-13 साल का तजर्बा तुहाडा कैसा रहा? ठीक है तजर्बा ठीक है। इन्वेस्टमेंट का हिसाब लाया जाए तो यह कोई 60-70 लाख रुपया बनता है। ਤੁਸੀਂ ਕਿਸੇ ਹੋਰ ਬਿਜ਼ਨਸ 'ਚ ਵੀ ਇਨਵੈਸਟ ਕਰ ਸਕਦੇ ਹੋ। ਇਹ ਮੱਝਾਂ ਦਾ ਹੀ ਕੰਮ ਤੁਸੀਂ ਕਿਉਂ ਕੀਤਾ ਹੈ? ਜ਼ਰਾ ਵਾਈ ਵੂਈ ਵਾਸਤੇ, ਜ਼ਰਾ ਪਿੰਡ ਰਹਿਣ ਵਾਸਤੇ ਚੰਗਾ ਹੈ। ਅੱਛਾ ਅਤੇ ਤੁਹਾਡੇ ਆਪਣੀ ਪੈਲੀ ਵੀ ਹੈ? ਹਾਂ ਪੈਲੀ ਵੀ ਹੈ। ਜ਼ਬਰਦਸਤ ਹੋ ਗਿਆ। ਅੱਛਾ ਕਿਹੜੀ ਕਿਹੜੀ ਨਸਲ ਦੇ ਜਾਨਵਰ ਤੁਸੀਂ ਰੱਖੇ ਜੇ? ਅਸੀਂ ਮੱਝੇ ਰੱਖੀ ਗਏ ਨੇ ਸਾਹੀਵਾਲ ਨੇ। ਸਾਹੀਵਾਲ ਨਸਲ ਠੀਕ ਹੈ, ਹੋਰ ਕੋਈ ਵੀ ਨਹੀਂ? ਸਾਰੇ ਸਾਹੀਵਾਲ ਦੇ ਨੇ? ਸਾਹੀਵਾਲ ਦੇ ਠੀਕ ਹੋ ਗਿਆ। ਅੱਛਾ ਇਹ ਜਾਨਵਰ ਖਰੀਦੇ ਕਿਹੜੇ ਇਲਾਕੇ 'ਚ ਜੇ? ਕਿਉਂਕਿ ਇੱਕਦਮ ਤਾਂ ਤੁਸੀਂ ਲਿਆਉਂਦੇ ਨਹੀਂ ਹੁਣੇ। ਅਸੀਂ ਲੈ ਕੇ ਆਏ ਉੱਥੋਂ ਗੱਗੋ। ਗੱਗੋ? ਗੱਗੋ ਮੰਡੀ। ਗੱਗੋ ਮੰਡੀ ਇਹ ਕਿਹੜੀ ਜਗ੍ਹਾ ਜੇ? ਉਹ ਬਾਹਰ ਵਾਲੇ ਪਾਸੇ। ਬਾਹਰ ਵਾਲੇ ਪਾਸੇ ਠੀਕ ਹੈ, ਯਾਨੀ ਬੂਰਾ ਵਿਹਾੜੀ ਦੀ ਤਰਫ। ਬੂਰਾ ਵਿਹਾੜੀ ਸਾਹੀਵਾਲ ਦੀ ਤਰਫ। ਤੁਸੀਂ ਇਹ ਨਸਲ ਦਾ ਇੰਤਖਾਬ ਕਿਉਂ ਕੀਤਾ? ਕਿਉਂਕਿ ਕੁਛ ਨੀਲੀ ਦਾ ਇੰਤਖਾਬ ਕਰਦੇ ਨੇ, ਕੁਛ ਲੁੱਡਣ ਮੰਡੀ ਉਹ ਲੈ ਕੇ ਆਉਂਦੇ ਨੇ। ਤੁਸੀਂ ਉਹ ਇੰਡੀ ਦੂਰ ਮੰਡੀ ਔਰ ਇਹ ਜਾਨਵਰਾਂ ਦਾ ਇੰਤਖਾਬ ਕਿਉਂ ਕੀਤਾ? ਮਤਲਬ ਕਿ ਇਹਨਾਂ ਦਾ ਦੁੱਧ ਜ਼ਿਆਦਾ ਹੁੰਦਾ ਹੈ ਜਾਂ ਕੀ? ਦੁੱਧ ਜ਼ਿਆਦਾ ਹੁੰਦਾ ਹੈ। ਦੁੱਧ ਜ਼ਿਆਦਾ ਹੁੰਦਾ ਹੈ? ਬਣਦੀਆਂ ਚੰਗੀਆਂ ਨੇ। ਹਾਂਜੀ ਬਣਦੀਆਂ ਚੰਗੀਆਂ ਨੇ। ਬਣਦੀਆਂ ਚੰਗੀਆਂ ਨੇ ਠੀਕ ਹੈ। ਫੁੱਲੀ ਜ਼ਿਆਦਾ ਰੰਗ। ਜ਼ਬਰਦਸਤ ਹੋ ਗਿਆ। ਅੱਛਾ ਤੁਹਾਡੇ ਡੇਅਰੀ ਫਾਰਮ 'ਤੇ ਸਭ ਤੋਂ ਜ਼ਿਆਦਾ ਜਾਨਵਰ ਦੁੱਧ ਦੇਣ ਵਾਲਾ ਕਿਹੜਾ ਹੈ ਅਤੇ ਕਿੰਨਾ ਦੁੱਧ ਦਿੰਦਾ ਰਹੇ? ਸਭ ਤੋਂ ਜ਼ਿਆਦਾ 12 ਕਿਲੋ। 12 ਕਿਲੋ ਠੀਕ ਹੈ। ਉਹ ਵੀ ਇਹੀ ਨਸਲ ਦੀ ਜਾਨਵਰ ਹੈ ਜਿਹੜਾ ਦੱਸਿਆ ਤੁਸੀਂ? ਹਾਂਜੀ ਸਾਹੀਵਾਲ ਨਸਲ ਠੀਕ ਹੋ ਗਿਆ। ਅੱਛਾ ਇੰਨੇ ਜਾਨਵਰ ਦੁੱਧ ਦੇਣ ਵਾਲੇ ਕਿੰਨੇ ਜਾਨਵਰ ਜੀ ਇਹਨਾਂ 'ਚੋਂ? 6 ਜਾਨਵਰ ਦੁੱਧ ਦੇਣ ਵਾਲੇ ਨੇ ਅਤੇ ਕਿੰਨਾ ਦੁੱਧ ਹੋ ਜਾਂਦਾ ਜੇ ਦੋਨਾਂ ਟਾਈਮਾਂ ਦਾ? ਹੋ ਜਾਂਦਾ 25-30 ਕਿਲੋ। 25-30 ਕਿਲੋ। ਅੱਛਾ ਜਾਨਵਰ ਜਿਹੜੇ ਨੇ ਮੰਡੀ 'ਚੋਂ ਖਰੀਦਣੇ ਚਾਹੀਦੇ ਨੇ ਜਾਂ ਲੋਕਲ ਖਰੀਦਣੇ ਚਾਹੀਦੇ ਨੇ ਡੇਰਿਆਂ ਤੋਂ? ਡੇਰਿਆਂ 'ਚੋਂ ਬਿਹਤਰ ਰਹਿੰਦੇ ਨੇ। ਮੰਡੀ 'ਚੋਂ ਕਿਉਂ ਨਹੀਂ ਖਰੀਦਣੇ ਚਾਹੀਦੇ? ਮੰਡੀ 'ਚ ਧੋਖਾ ਹੋ ਜਾਂਦਾ। ਧੋਖਾ ਫਰੇਬ ਹੋ ਜਾਂਦਾ। ਅੱਛਾ ਤੁਸੀਂ ਮੰਡੀ 'ਚੋਂ ਜਾਨਵਰ ਲੈ ਕੇ ਆਏ ਹੋ ਅਤੇ ਤੁਹਾਨੂੰ ਕੋਈ ਪਹਿਚਾਣ ਹੋਏਗੀ ਜਿਹਦੀ ਵਜ੍ਹਾ ਤੋਂ ਲੈ ਕੇ ਆਏ ਹੋ ਜਾਂ ਵੈਸੇ ਹੀ? ਪਹਿਚਾਣ ਸੀ ਲੈ ਕੇ ਆਏ। ਅੱਛਾ ਅੱਛਾ ਉੱਥੇ ਚੈੱਕ ਨਹੀਂ ਪ੍ਰੋਪਰ ਕਰ ਸਕਦੇ ਤੁਸੀਂ? ਉੱਥੇ ਕੈਸ਼ ਕੈਸ਼ ਕਰ ਸਕਦੇ ਹੋ ਅਤੇ ਨਹੀਂ ਮਤਲਬ ਕਿ ਤੁਸੀਂ ਜਾਨਵਰ ਚੈੱਕ ਨਹੀਂ ਕਰ ਸਕਦੇ ਕਿ ਕਿੰਨਾ ਦੁੱਧ ਦਿੰਦਾ ਕੀ ਸਭ? ਨਹੀਂ ਉੱਥੇ ਚੈੱਕ ਨਹੀਂ ਹੁੰਦਾ, ਉੱਥੇ ਡਾਕਾ ਲੱਗਾ ਹੁੰਦਾ ਉਹਨੂੰ। ਹਾਂਜੀ ਬਿਲਕੁਲ। ਅਤੇ ਕੋਈ ਫਾਲਟ ਵੀ ਨਿਕਲਿਆ ਜਾਨਵਰ ਜਿਹੜੇ ਲਿਆਉਂਦੇ ਹੋ ਜਾਂ ਸਹੀ ਆ ਗਏ ਨੇ ਤੁਹਾਡੇ? ਸਾਡੇ ਕੋਲ ਸਹੀ ਆ ਗਏ। ਸਹੀ ਆ ਗਏ ਨੇ। ਅਗਰ ਜਾਨਵਰ ਤੁਸੀਂ ਉੱਥੋਂ ਟਰੈਵਲ ਕਰਕੇ ਲਿਆਉਂਦੇ ਹੋ ਇੱਥੇ ਆਪਣੇ ਇਲਾਕੇ 'ਚ ਅਤੇ ਮੈਂ ਸੁਣਿਆ ਪਾਣੀ ਲਾਗ ਦਾ ਮਸਲਾ ਹੋ ਜਾਂਦਾ? ਹੋ ਜਾਂਦਾ, ਟੀਕਾ ਸ਼ੀਕਾ ਲਾਈਦਾ। ਟੀਕਾ ਸ਼ੀਕਾ ਲਾਈਦਾ? ਕੋਈ ਦੇਸੀ ਇਲਾਜ ਵੀ ਕਰਦੇ ਹੋ? ਨਹੀਂ ਦੇਸੀ ਕੋਈ, ਟੀਕਾ ਹੀ ਲਾਈਦਾ। ਟੀਕਾ ਹੀ ਲਾਈਦਾ? ਹਾਂ ਠੀਕ ਹੋ ਗਿਆ, ਯਾਨੀ ਕਿ ਡਾਕਟਰ ਕੋਲ ਟੀਕਾ ਲਗਵਾਉਂਦੇ? ਹਾਂਜੀ ਹਾਂਜੀ ਡਾਕਟਰ ਕੋਲ। ਠੀਕ ਹੋ ਗਿਆ। ਅੱਛਾ ਜਾਨਵਰਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ, ਸਾਡੇ ਇਲਾਕੇ 'ਚ ਕਿਹੜੀਆਂ ਬਿਮਾਰੀਆਂ ਆਮ ਨੇ ਜਿਹੜੀਆਂ ਲੱਗ ਸਕਦੀਆਂ ਜਾਨਵਰਾਂ ਨੂੰ? ਸਾਡੇ ਇਲਾਕੇ 'ਚ ਬੁਖਾਰ ਬਹੁਤਾ ਹੁੰਦਾ ਜਾਂ ਗਲਘੋਟੂ ਹੁੰਦਾ। ਗਲਘੋਟੂ ਹੋ ਜਾਂਦਾ, ਇਹਦਾ ਇਲਾਜ ਕੀ ਕਰਦੇ ਹੋ? ਬਾਈ ਬਾਤੀ ਹੋ ਜਾਂਦੀ ਹੈ, ਇਹਦਾ ਇਲਾਜ ਦੇਸੀ ਇਲਾਜ ਵੀ ਹੋ ਜਾਂਦੇ ਨੇ? ਇਲਾਜ ਹੋ ਜਾਂਦੇ ਨੇ, ਮਿਰਚਾਂ ਮੁਰਚਾਂ ਦੇਈ ਜਾਂਦੇ ਨੇ, ਅਦਰਕ ਦੇਈ। ਠੀਕ ਹੈ, ਇਹ ਪ੍ਰੋਪਰ ਦੱਸ ਛੜਿਓ ਮੇਰੇ ਨਾਜ਼ਰੀਨ ਨੂੰ ਕਿ ਕੀ ਦਿੱਤਾ ਜਾਏ ਤਾਂ ਕਿ ਇਹ ਅਗਰ ਮਾਮਲਾਤ ਹੋ ਜਾਂਦੇ ਨੇ ਉਹਦਾ ਇਲਾਜ ਕੀਤਾ ਜਾ ਸਕੇ। ਮਿਰਚਾਂ ਅਦਰਕ ਪਿਆਜ਼। ਠੀਕ ਹੈ। ਅੱਛਾ ਅਗਰ ਕੋਈ ਬੰਦਾ ਇਹ ਜਾਨਵਰਾਂ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ
ਤੇ ਇਹ ਮੱਝਾਂ ਦਾ ਕੰਮ ਕਰੇ, ਗਾਏ ਦਾ ਕੰਮ ਕਰੇ ਜਾਂ ਬੱਕਰੀਆਂ ਦਾ ਕੰਮ ਕਰੇ, ਤੁਹਾਡੀ ਨਜ਼ਰ 'ਚ ਕਿਹੜਾ ਕੰਮ ਬਿਹਤਰ ਹੈ? ਸਾਡੀ ਕੰਮ ਮੱਝਾਂ ਦਾ ਕੰਮ ਬਿਹਤਰ ਹੈ। ਮੱਝਾਂ ਦਾ ਕੰਮ ਬਿਹਤਰ ਹੈ, ਠੀਕ ਹੈ। ਇਹਨਾਂ ਦਾ ਦੁੱਧ ਸੁਣਿਆ ਵਿਕ ਵੀ ਜਾਂਦਾ, ਗਾਈਆਂ ਦਾ ਵਿਕਦਾ ਘੱਟ ਹੈ, ਵਿਕਦਾ ਘੱਟ ਹੈ, ਠੀਕ ਹੋ ਗਿਆ। ਅੱਛਾ, ਮੇਰੇ ਨਾਜ਼ਰੀਨ ਨੂੰ ਇਹ ਤਾਂ ਦੱਸ ਦਿਓ ਕਿ ਅਗਰ ਕੋਈ ਬੰਦਾ ਇਹ ਜਾਨਵਰਾਂ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਤੇ ਮਿਨੀਮਮ ਥੋੜ੍ਹੇ ਤੋਂ ਥੋੜ੍ਹਾ ਕਿੰਨੇ ਜਾਨਵਰ ਰੱਖ ਕੇ ਸ਼ੁਰੂ ਕਰ ਸਕਦਾ ਤਾਂ ਕਿ ਉਹਨੂੰ ਸੂਟੇਬਲ ਪ੍ਰੋਫਿਟ ਵੀ ਹੋਈਏ? ਚਾਰ ਪੰਜ ਤੋਂ ਸ਼ੁਰੂ ਕਰਦੇ, ਉਹਨੂੰ ਪ੍ਰੋਫਿਟ ਹੋ ਜਾਂਦਾ, ਸਰਕਟ ਉਹਦਾ ਚੱਲ ਜਾਂਦਾ। ਜਗ੍ਹਾ ਆਪਣੀ ਹੋਣੀ ਚਾਹੀਦੀ ਹੈ ਜਾਂ ਮੁੱਲ ਲੈ ਕੇ ਪੱਠੇ ਪਾ ਕੇ ਕੰਮ ਚੱਲ ਜਾਂਦਾ? ਨਹੀਂ, ਆਪਣੀ ਹੋਵੇ ਫਿਰ ਤਾਂ ਬਹੁਤਾ ਬੈਨੀਫਿਟ ਹੈ। ਬੈਨੀਫਿਟ ਹੈ, ਠੀਕ ਹੈ, ਜ਼ਬਰਦਸਤ ਹੋ ਗਿਆ। ਮੁੱਲ ਲੈ ਕੇ ਦਿਓ ਫਿਰ ਫਿਰ ਉਹ ਬਹੁਤਾ ਵਿੱਚ ਫਿਰ ਉਹ ਜ਼ਿਆਦਾਤਰ ਨਿਕਲ ਜਾਂਦੇ ਨੇ, ਠੀਕ ਹੈ, ਕਿਉਂਕਿ ਵੰਡਾ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਹੁਣ। ਠੀਕ ਹੈ, ਤੁਹਾਡੇ ਪੱਠੇ ਆਪਣੇ ਨੇ? ਹਾਂਜੀ, ਪੱਠੇ ਸਾਡੇ ਆਪਣੇ। ਠੀਕ ਹੈ। ਅੱਛਾ, ਐਵਰੇਜ ਅਗਰ ਇੱਕ ਜਾਨਵਰ ਦਾ ਖਰਚਾ ਨਿਕਾਲਿਆ ਜਾਏ ਤਾਂ ਤਕਰੀਬਨ ਕਿੰਨਾ ਕੁ ਖਰਚਾ ਹੋ ਜਾਂਦਾ ਇੱਕ ਜਾਨਵਰ 'ਤੇ ਇੱਕ ਦਿਨ ਦਾ? ਪੱਠਿਆਂ ਦਾ, ਪੱਠਿਆਂ ਦਾ ਜਾਂ ਓਵਰਆਲ ਹੀ ਵੰਡਾ ਪਾਉਂਦੇ ਹੋ ਜਾਂ ਜੋ ਵੀ? ਮਨ ਪੱਠੇ ਖਾ ਦੇ ਰੰਗ, ਮਨ ਪੱਠੇ ਖਾ ਸਕਦਾ। ਤਕਰੀਬਨ ਤੁਹਾਡੇ ਮੁਤਾਬਕ ਕਿੰਨਾ, 300-400 ਖਰਚਾ ਕਿੰਨਾ ਹੋ ਸਕਦਾ? 300-400-500 ਸਭ ਕੁਛ ਪਾ ਕੇ 500-600 ਹੋ ਜਾਂਦਾ। 500-600 ਹੋ ਜਾਂਦਾ। ਕੁਛ ਲੋਕ ਕਹਿੰਦੇ ਨੇ ਕਿ 300-350 ਹੁੰਦਾ ਖਰਚਾ, ਉਹ ਨਹੀਂ ਮੇਰੇ ਪੱਠਿਆਂ ਦਾ ਹੋਣਾ ਫਿਰ ਉਹ। ਅੱਛਾ, ਤੁਸੀਂ ਕੋਈ ਵੰਡਾ ਵਗੈਰਾ ਖਾਸ ਪਾਉਂਦੇ ਹੋ? ਪਾਉਂਦੇ ਆ, ਉਹ ਨਮਣੀ ਵੰਡਾ, ਚੋਖਰ ਪਾਉਂਦੇ ਆ, ਖਲ ਪਾਉਂਦੇ ਆ। ਅੱਛਾ, ਦੁੱਧ ਨੂੰ ਬਣਾਉਣ ਲਈ ਤੁਸੀਂ ਕਿਸ ਚੀਜ਼ ਦਾ ਜ਼ਿਆਦਾ ਯੂਜ਼ ਕਰਦੇ ਹੋ? ਖਲ ਪਾਉਂਦੇ ਪਾਉਂਦੇ ਖਲ ਬਹੁਤੀ ਪਾਉਂਦੇ ਹੋ? ਹਾਂਜੀ, ਜ਼ਬਰਦਸਤ ਹੋ ਗਿਆ। ਅੱਛਾ, ਇਹ ਜਾਨਵਰ ਰੱਖਣ ਦਾ ਕੰਮ ਹੈ, ਇਹ ਲੇਬਰ ਰੱਖ ਕੇ ਸ਼ੁਰੂ ਕੀਤਾ ਜਾ ਸਕਦਾ? ਹਾਂ, ਕੀਤਾ ਜਾ ਸਕਦਾ। ਠੀਕ ਹੈ, ਟੋਟਲ ਲੇਬਰ 'ਤੇ ਡਿਪੈਂਡਿਡ ਹੋ ਸਕਦਾ ਯਾਨੀ ਕਿ ਬੰਦਾ? ਹੋ ਸਕਦਾ, ਜ਼ਬਰਦਸਤ। ਲੇਕਿਨ ਮੇਰੇ ਖਿਆਲ ਨਾਲ ਮੈਂ ਸੁਣਿਆ ਕਿ ਲੇਬਰ ਦੇ ਉੱਤੇ ਆਪੀ ਵੀ ਬੰਦਾ ਹੋਣਾ ਜ਼ਰੂਰੀ ਹੈ, ਕਿਉਂਕਿ ਲੇਬਰ 'ਤੇ ਅਗਰ ਡਿਪੈਂਡਿਡ ਹੋਵੋਗੇ ਤੇ ਨੁਕਸਾਨ ਹੋਏਗਾ, ਮੈਂ ਸੁਣਿਆ। ਤੁਹਾਡਾ ਕੀ ਖਿਆਲ ਹੈ ਇਸ ਬਾਰੇ? ਤੇ ਲੇਬਰ ਦੇ ਸੁਣਿਆ ਮਸਲੇ ਮਸਾਇਲ ਬੜੇ ਹੁੰਦੇ ਨੇ, ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਘੱਟ ਰਹਿੰਦੇ ਨੇ, ਹਾਂ, ਦੌੜ ਜਾਂਦੇ ਨੇ, ਐਡਵਾਂਸ ਲੈ ਕੇ ਦੌੜ ਜਾਂਦੇ ਨੇ ਜਾਂ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਂਦੀਆਂ। ਜ਼ਬਰਦਸਤ ਹੋ ਗਿਆ। ਅੱਛਾ, ਜਾਨਵਰਾਂ ਨੂੰ ਰੱਖਣ ਲਈ ਸ਼ੈੱਡ ਡਿਜ਼ਾਇਨ ਕਿੰਜ ਦਾ ਹੋਣਾ ਚਾਹੀਦਾ? ਮੈਂ ਵੇਖਿਆ ਕਿ ਤੁਸੀਂ ਸ਼ੈੱਡ ਆਪਣਾ ਪੱਕਾ ਰੱਖਿਆ ਹੈ। ਕੁਛ ਲੋਕ ਕੱਚਾ ਰੱਖਦੇ ਨੇ, ਕੁਛ ਲੈਂਟਰ ਪਾ ਲੈਂਦੇ ਨੇ ਤੇ ਕੁਛ ਲੋਕ ਤਿਆਰ ਛੱਤ ਵੀ ਪਾਉਂਦੇ ਨੇ, ਕੁਛ ਲੋਕ ਉਹ ਵੀ ਲੋਹੇ ਦਾ ਛੱਤ ਵੀ ਪਾ ਲੈਂਦੇ ਨੇ। ਠੀਕ ਹੈ, ਹੁਣ ਸਭ ਤੋਂ ਜ਼ਿਆਦਾ ਸੂਟੇਬਲ ਛੱਤ ਕਿਹੜਾ ਰਹਿੰਦਾ ਤੁਹਾਡੇ ਮੁਤਾਬਕ? ਕਿਉਂਕਿ ਕੱਚਾ ਛੱਤ ਜਿਹੜਾ ਉਹ ਕਹਿੰਦੇ ਨੇ ਠੰਡਾ ਹੁੰਦਾ, ਇਹ ਜਿਹੜਾ ਛੱਤ ਗਰਮ ਹੋ ਜਾਂਦਾ ਲੈਂਟਰ, ਗਰਮੀਆਂ 'ਚ ਇੱਥੇ ਨਹੀਂ ਬਣਦੇ। ਅੱਛਾ, ਦਰਖਤਾਂ ਥੱਲੇ, ਯਾਨੀ ਕਿ ਮਸਲਾ ਹੈ ਗਰਮੀਆਂ ਦੇ ਵਿੱਚ ਤੇ ਲੋਹੇ ਦਾ ਛੱਤ ਤੇ ਉਹ ਜ਼ਿਆਦਾ ਗਰਮ ਹੋ ਜਾਂਦਾ। ਲੋਹੇ ਦਾ ਨਹੀਂ, ਉਹ ਚੰਗਾ ਰਹਿੰਦਾ, ਬਾਲੇ ਪਾ ਕੇ ਤੇ ਉੱਤੇ ਉਹ ਠੀਕ ਹੁੰਦਾ, ਉਹ ਪਾ ਕੇ ਨਾ ਕਾਨੇ ਕੁਨੇ, ਉੱਤੇ ਭਰਤੀ ਪਾ ਕੇ ਉਹ ਸਹੀ ਰਹਿੰਦਾ। ਤੇ ਜਿਹੜਾ ਕੱਚਾ ਛੱਤ ਹੁੰਦਾ ਉਹ ਕਹਿੰਦੇ ਨੇ ਚੋਣ ਲੱਗ ਪੈਂਦਾ, ਕੱਚਾ ਨਹੀਂ ਉਹ ਚੁੰਦੇ, ਉਹ ਵੀ ਨਹੀਂ ਢਾਲ ਹੋਈ ਨਾ ਸਹੀ ਬਣੀ ਦੀ। ਅੱਛਾ, ਜਾਨਵਰਾਂ ਨੂੰ ਬਿਮਾਰੀਆਂ ਤੋਂ ਹਿਫਾਜ਼ਤ ਲਈ ਕੀ ਯਾਨੀ ਕਿ ਕਿੰਜ ਕੇਅਰ ਕਰਨੀ ਚਾਹੀਦੀ ਤਾਂ ਕਿ ਬਿਮਾਰੀਆਂ ਤੋਂ ਬਚ ਸਕਣ? ਬਿਮਾਰੀ ਕਿਉਂਕਿ ਹਿਫਾਜ਼ਤੀ ਕਿਸੇ ਕੇ ਲਵਾਉਂਦੇ ਰਹੋ ਜਾਂ ਮਸਾਲਾ ਮਸੂਲਾ ਦਿੰਦੇ ਰਹੋ ਡੰਗਰ ਨੂੰ, ਠੀਕ ਹੈ, ਫਿਰ ਡੰਗਰ ਸਹੀ ਰਹਿੰਦਾ, ਫਿਰ ਡੰਗਰ ਸਹੀ ਰਹਿੰਦਾ। ਅੱਛਾ, ਆਪਣੀ ਡੇਲੀ ਰੂਟੀਨ ਦੱਸ ਦਿਓ ਕਿ ਸੁਬਾਹ ਤੋਂ ਲੈ ਕੇ ਕਿੰਨੇ ਵਜੇ ਉੱਠਦੇ ਹੋ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਕੀ ਰੂਟੀਨ ਹੈ ਤੁਹਾਡੀ? ਸੁਬਾਹ ਤਕਰੀਬਨ ਅਸੀਂ ਉੱਠਣੇ ਹਾਂ ਕੋਈ 4:30 ਵਜੇ। ਠੀਕ ਹੋ ਗਿਆ, ਬਸ ਦਿਹਾੜੀ ਪੂਰੀ, ਕਦੇ ਪੱਠੇ ਪਾ, ਕਦੇ ਪਾਣੀ ਲਾ, ਕਦੇ ਕੁਛ। ਦੁੱਧ ਕਿੰਨੇ ਵਜੇ ਚੁੰਦੇ ਹੋ ਸੁਬਾਹ? ਸੁਬਾਹ ਜੀ 5 ਵਜੇ। 5 ਵਜੇ ਚੁੰਦੇ ਹੋ ਤੇ ਪੱਠੇ ਲੈਣ ਜਾਣਾ ਸਾਰਾ ਦਿਨ, ਫਿਰ ਇਹਨੂੰ ਸ਼ਾਮ ਨੂੰ ਕਿਸ ਟਾਈਮ ਪੱਠੇ ਪਾਉਂਦੇ ਹੋ? ਇਸ ਟਾਈਮ 2 ਵਜੇ ਪੱਠੇ ਪਾ ਦਿੰਦੇ। 2:30 ਵਜੇ ਪੱਠੇ ਪਾ ਦਿੰਦੇ ਹੋ, ਠੀਕ ਹੈ। ਚੁਆਈ ਕਿਸ ਟਾਈਮ ਕਰਦੇ ਹੋ? ਚੁਆਈ 4:30 ਵਜੇ। ਜਿਹੜਾ ਦੁੱਧ ਹੁੰਦਾ ਤੁਹਾਡਾ, ਇਹ ਮਾਰਕੀਟ 'ਚ ਭੇਜਦੇ ਹੋ ਜਾਂ ਇੱਥੇ ਕਿਤੇ ਲੋਕ ਬੰਦਾ ਲੈ ਜਾਂਦਾ? ਇੱਥੋਂ ਆ ਕੇ ਦੁੱਧ ਹੀ ਲੈ ਕੇ ਜਾਂਦਾ? ਕਹਿੰਦੇ ਨੇ ਆਪ ਹੀ ਟਰੈਵਲ ਕਰਕੇ ਲੈ ਕੇ ਜਾਏ ਤੇ ਉਹ ਜ਼ਿਆਦਾ ਬੈਨੀਫਿਟ ਹੁੰਦਾ, ਠੀਕ ਹੋ ਗਿਆ, ਉਹਦਾ ਜ਼ਿਆਦਾ ਰੇਟ ਹੁੰਦਾ। ਤੇ ਤੁਸੀਂ ਉਹ ਕੰਮ ਕਿਉਂ ਨਹੀਂ ਕਰਦੇ ਨਾਲ, ਕਿਉਂਕਿ ਇੰਨੀ ਮਿਹਨਤ ਤੁਸੀਂ ਇਹ ਕਰ ਲੈਂਦੇ ਹੋ ਤੇ ਉਹ ਕੰਮ ਨਾਲ ਫਿਰ ਟੈਨਸ਼ਨ ਹੋ ਜਾਂਦੀ ਹੈ, ਫਿਰ ਉਹ ਲੈ ਕੇ ਜਾਓ ਫਿਰ ਡਿਊਟੀ ਬਣ ਜਾਂਦੀ ਹੈ ਉਹਦੀ। ਠੀਕ ਹੋ ਗਿਆ, ਜ਼ਬਰਦਸਤ ਗੱਲਾਂ ਤੁਸੀਂ ਦੱਸੀਆਂ ਮੇਰੇ ਨਾਜ਼ਰੀਨ ਨੂੰ। ਹੁਣ ਆਪਣੀ ਤਰਫੋਂ ਕੋਈ ਤੋਹਫ਼ਾ ਤਾਂ ਗੱਲ ਦੱਸ ਦਿਓ ਕਿ ਅਗਰ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਬੰਦਾ, ਉਹਨੂੰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ, ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਪ੍ਰੋਫਿਟੇਬਲ ਹੈ,
ਯਾਨੀ ਕਿ ਮੁਨਾਫਾ ਬਖਸ਼ੇ ਜਾਂ ਨੁਕਸਾਨਦਾਇਕ? ਅੱਛਾ ਨਹੀਂ ਹੁੰਦਾ ਜ਼ਿਆਦਾ, ਜੇ ਬੰਦੇ ਚੰਗੇ ਲੱਭਣ ਨਾ ਠੀਕ ਹੈ, ਫਿਰ ਠੀਕ ਹੈ, ਜੇ ਬੰਦੇ ਨਹੀਂ ਲੱਭਣੇ ਫਿਰ ਠੀਕ ਨਹੀਂ। ਓਵਰਆਲ ਹੈ ਕੰਮ ਮੁਨਾਫਾ ਬਖਸ਼ੇ? ਹਾਂ ਮੁਨਾਫਾ ਬਖਸ਼ੇ। ਠੀਕ ਹੋ ਗਿਆ, ਯਾਨੀ ਕਿ ਘਰ ਦਾ ਸਰਕਟ ਸਹੀ ਚੱਲ ਸਕਦਾ। ਸਹੀ ਚੱਲਦਾ। ਬਹੁਤ ਸ਼ੁਕਰੀਆ ਭਾਈ।